ਇੱਧਰ ਆ ਮਹਾਰਾਜ ਜੀ ਆਸ਼ੂ ਜੀ, ਇਹ ਆ ਇਹਨੂੰ ਤਾਂ ਕਹਿੰਦੇ ਆਪਣੀ ਲੈਂਗੁਏਜ ਦੇ ਵਿੱਚ, ਸਰਵਾਈਵਲ ਲੈਂਗੁਏਜ ਦੇ ਵਿੱਚ ਕਹਿੰਦੇ ਆ ਕੈਂਪਿੰਗ। ਇਹ ਮਹਾਰਾਜ ਜੀ ਕੁੱਤਿਆਂ ਦਾ ਘਰ ਦੱਸੀ ਜਾਂਦਾ, ਕਹਿੰਦੇ ਘਰ ਕਹਿੰਦੇ ਲੋਕ। ਸੋ ਜਿਹੜਾ ਗਾਈਜ਼ ਆਪਾਂ ਸਮਾਨ ਲੈ ਕੇ ਆਏ ਸੀ ਉਹ ਕਰਨ ਲੱਗਿਆ ਹੁਣ ਅਨਬੋਕਸ। ਰੁਦਰ ਡਰ ਗਿਆ, ਰੁਦਰ ਜੀ ਡਰ ਗਏ ਨੂੰ ਮੁੰਡੇ, ਪਾਣੀ ਘੱਟ ਲੱਗ ਰਿਹਾ ਮੈਨੂੰ ਗਾਈਜ਼, ਧੂਆਂ ਬਹੁਤ ਪੈ ਰਿਹਾ ਯਾਰ। ਲੋ ਵੀ ਹੁਣ ਸੈੱਟ ਆ ਕੰਮ, ਹੁਣ ਸੈੱਟ ਆ ਕੰਮ। ਹੈਲੋ ਗਾਈਜ਼, ਵੈਲਕਮ ਬੈਕ ਅਗੇਨ ਤੇ ਪਾਰਟ 2 ਕੈਂਪਿੰਗ ਦੇ ਵਿੱਚ। ਤੇ ਹੁਣ ਪਿਛਲੇ ਵਲੌਗ ਦੇ ਵਿੱਚ ਤੁਸੀਂ ਦੇਖਿਆ ਹੀ ਹੋਣਾ ਕੈਂਪਿੰਗ ਦਾ ਆਪਣਾ ਸੈਟਅਪ ਹੋ ਚੁੱਕਿਆ ਸੀ ਰੈਡੀ, ਤੇ ਹੁਣ ਆ ਵਾਰੀ ਕੁਕਿੰਗ ਦੀ। ਮੁੰਡਿਆਂ ਨੂੰ ਭੁੱਖ ਲੱਗ ਚੁੱਕੀ ਆ, ਕੋਈ ਜ਼ਿਆਦਾ ਹੀ ਕੰਮ ਕਰ ਲਿਆ, ਟੈਂਟ ਟੁੰਟ ਲਾ ਕੇ ਭੁੱਖ ਭੱਖ ਲੱਗ ਚੁੱਕੀ ਆ। ਵੈਸੇ ਮੈਨੂੰ ਵੀ ਲੱਗੀ ਆ ਯਾਰ। ਤੇ ਆਪਣਾ ਬੈੱਡ ਬੁੱਡ ਸਾਰਾ ਓਕੇ ਆ, ਰਿਪੋਰਟ ਤੇ ਲਾਈਟ ਵਗੈਰਾ ਸਾਰੀ ਓਕੇ ਆ। ਹੁਣ ਨੀਚੇ ਚੱਲਦੇ ਆ, ਅੰਗੀਠੀ ਵਗੈਰਾ ਲੈ ਕੇ ਆਉਂਦੇ ਆ ਤੇ ਕਰਦੇ ਆ ਕੁਕਿੰਗ, ਜਿਹੜਾ ਕੈਂਪਿੰਗ ਦਾ ਬੈਸਟ ਪਾਰਟ ਹੁੰਦਾ, ਜਿਹੜਾ ਕਿ ਮੈਨੂੰ ਬਹੁਤ ਪਸੰਦ ਆ। ਉਹ ਤਾਂ ਸਭ ਨੂੰ ਹੀ ਪਸੰਦ, ਬਸ ਇੰਨਾ ਦਾ ਯਾਰ ਪਾਗਲ ਲਾ ਕੇ ਉਹ ਵੀ ਕੀ ਕਰੀ ਜਾਂਦੇ ਆ ਤੁਹਾਨੂੰ, ਜੇ ਤੁਸੀਂ ਮੈਨੂੰ ਪਾਗਲ ਕਹੋਗੇ ਜਾਂ ਸਾਨੂੰ ਪਾਗਲ ਕਹੋਗੇ, ਪਰ ਇਹਦਾ ਮਤਲਬ ਤੁਹਾਨੂੰ ਕੱਖ ਨੀ ਪਤਾ। ਠੀਕ ਹੈ ਜੀ, ਹਾਂਜੀ, ਸਰਚਾ ਮਾਰੇ ਉਹ ਕੈਂਪਿੰਗ ਕੀ ਹੁੰਦੀ ਆ ਤੇ ਕਿੰਨਾ ਸਰਵਾਈਵ ਕਰਨਾ ਪੈਂਦਾ ਇਹ ਚੀਜ਼ਾਂ ਦੇ ਵਿੱਚ, ਸਾਰਾ ਤੁਸੀਂ ਚੈੱਕ ਕਰ ਸਕਦੇ ਹੋ ਯੂਟਿਊਬ ਤੇ ਸਰਚ ਕਰਕੇ। ਤੇ ਆ ਜਾਓ ਫਿਰ ਕਰਦੇ ਹਾਂ ਵਲੌਗ ਨੂੰ ਕੰਟੀਨਿਊ। ਲਾਸਟ ਵਲੌਗ ਦੇ ਵਿੱਚ ਗਾਈਜ਼ ਦੇਖਿਆ ਹੁਣ ਇੱਥੇ ਤੱਕ ਆਪਣਾ ਕੈਂਪਿੰਗ ਸੈਟਅਪ ਪਹੁੰਚ ਚੁੱਕਿਆ ਸੀ, ਤੇ ਹੁਣ ਬਾਕੀ ਕੁਕਿੰਗ ਟਾਈਮ ਆ, ਕੁਕਿੰਗ ਕਰਦੇ ਆ। ਹੁਣ ਟੀਮ ਲੱਗ ਚੁੱਕੀ ਆ ਕੰਮ ਤੇ, ਅੰਗੀਠੀ ਲੈ ਆਇਆ ਗਾਈਜ਼। ਹੁਣ ਇਹਦੇ ਆਲੇ ਦੁਆਲੇ ਬਣਾਉਣ ਲੱਗੇ ਆਪਾਂ ਬਾਉਂਡਰੀ, ਤਾਂ ਕਿ ਅੰਗੀਠੀ ਜਦ ਕੁਕਿੰਗ ਕਰੀਏ ਹਵਾ ਵਗੈਰਾ ਨਾ ਅੱਗੇ ਹੋ ਪਵੇ। ਆ ਸਾਰੀਆਂ ਲੱਕੜਾਂ ਰੈਡੀ ਨੇ, ਆਸ਼ੂ ਬਣਾ। ਬਸ ਤੂੰ ਵੀ ਜੀ ਗੱਤੇ ਰਹਿਣ ਦੇ। ਸੋ ਜਿਹੜਾ ਗਾਈਜ਼ ਆਪਾਂ ਸਮਾਨ ਲੈ ਕੇ ਆਏ ਸੀ ਉਹ ਕਰਨ ਲੱਗਿਆ ਹੁਣ ਅਨਬੋਕਸ। ਬਾਕੀ ਤੁਸੀਂ ਬਣੇ ਰਹੋ ਵਲੌਗ ਦੇ ਨਾਲ, ਵਲੌਗ ਦੇ ਵਿੱਚ ਤਾਂ ਬਣੀ ਹੋਏ ਹੋ। ਆ ਦੇਖੋ ਇੱਕ ਤਾਂ ਆਪਾਂ ਲੈ ਕੇ ਸੀ ਬ੍ਰੈਡ, ਕਿਹੜੀ ਬ੍ਰੈਡ ਆ ਇਹ ਵੀ ਇੰਟਰਵਿਊਸ ਕੰਪਨੀ ਨਹੀਂ ਆਪਾਂ ਦੱਸਣੀ, ਆਪਾਂ ਕਿਸੇ ਬ੍ਰਾਂਡ ਪ੍ਰੋਮੋਸ਼ਨ ਨਹੀਂ ਕਰਨੀ। ਇੱਕ ਲੈ ਕੇ ਦਹੀਂ ਦਾ ਕੱਪ ਯਾਰ, ਪ੍ਰੋਫਿਟ ਕਰਾਓ ਤੁਸੀਂ ਕੰਪਨੀ ਦਾ। ਚਿਲੀ ਫਲੈਕਸ, ਇਹ ਜੋ ਕਿ ਆਸ਼ੂ ਦੀ ਡਿਮਾਂਡ ਸੀ, ਇਹਦਾ ਚਿਲੀ ਫਲੈਕਸ ਆਪਾਂ ਯੂਜ਼ ਕਰਾਂਗੇ। ਆ ਪੈਰੀ ਚਿੱਲਾ ਬਣਾਉਣਾ, ਪੈਰੀ ਪੈਰੀ ਸੌਸ, ਇਹ ਮੇਰੀ ਡਿਮਾਂਡ ਸੀ, ਬਹੁਤ ਬਹੁਤ ਤਿੱਖੀ ਆ ਇਹ। ਇੰਨਾ ਤਾਂ ਅਸੀਂ ਮਜ਼ਾ ਆਣਾ ਇੱਧਰ। ਤਿੰਨ ਮੈਗੀ ਦੇ ਪੈਕਟਸ, ਦੋ ਇੱਧਰ ਪਏ ਆ, ਪੰਜ ਪੈਕਟ ਨੇ, ਬਾਕੀ ਕਾਫੀਸ ਦੇ ਪਾਊਚ, ਉਹ ਤਾਂ ਕਾਫੀ ਦਾ ਸੀ, ਤੇ ਚਿੰਗਮਸ। ਚੈੱਕ ਕਰੋ ਨਮਕ ਪਾਉਣ ਦਾ ਤਰੀਕਾ, ਓ ਸੋਰੀ ਚਿੰਗਮ ਸਿੱਟਣ ਦਾ ਤਰੀਕਾ। ਕੈਮਰਾਮੈਨ ਲਈ ਗਾ ਚਿੰਗਮ ਆ ਰਹੀ ਹੈ, ਕੈਚ ਕੈਚ ਚੱਕੋ ਪ੍ਰੋਡਾ। ਚਲੋ ਇਹਨਾਂ ਨੂੰ ਇੱਥੇ ਰੱਖ ਲਾਂ। ਰੁਦਰ ਬੈਠਾ, ਯਸ਼ੂ ਬੈਠਾ ਤੇ ਇੱਧਰ ਤੁਹਾਡਾ ਚੈਨਲ ਦਾ ਹੋਸਟ ਬੈਠਾ। ਤੇ ਗਾਈਜ਼ ਆ ਜਿਹੜਾ ਸਮਾਨ ਸੀਗਾ ਆਪਾਂ ਇੱਧਰ ਸਾਰਾ ਕੁਛ ਆਪਣਾ ਭਾਂਡਾ ਠੇਕਰ ਜੋ ਵੀ ਆ ਸਾਰਾ ਸਮਾਨ ਖਾਣ ਪੀਣੇ ਵਾਲਾ ਇੱਧਰ ਸੈੱਟ ਹੋ ਚੁੱਕਿਆ ਸਾਰਾ ਹੀ। ਇੱਧਰ ਆ ਮਹਾਰਾਜ ਜੀ ਆਸ਼ੂ ਜੀ,
ਇਹ ਇਹਨੂੰ ਤਾਂ ਕਹਿੰਦੇ ਆਪਣੀ ਲੈਂਗੁਏਜ ਦੇ ਵਿੱਚ, ਸਰਵਾਈਵਲ ਲੈਂਗੁਏਜ ਦੇ ਵਿੱਚ ਕਹਿੰਦੇ ਆ ਕੈਂਪਿੰਗ। ਇਹ ਮਹਾਰਾਜ ਕੁੱਤਿਆਂ ਦਾ ਘਰ ਦੱਸੀ ਜਾਂਦਾ, ਕਹਿੰਦੇ ਘਰ ਕੁੱਤੇ, ਕਹਿੰਦੇ ਲੋਕ ਬੀਹੀਆਂ ਚ ਪਾਉਂਦੇ ਆ ਕੁੱਤਿਆਂ ਦਾ ਘਰ, ਇੱਥੇ ਆਪਾਂ ਕਹਿੰਦੇ ਛੱਤ ਤੇ ਪਾਇਆ ਪਿਆ ਲੱਕ ਲਾਣ ਦਾ ਤੇਰੇ ਇੱਥੇ। ਤੇ ਇੱਧਰ ਆਪਣੀਆਂ ਲੱਕੜਾਂ ਹੋ ਚੁੱਕੀਆਂ ਨੇ ਤਿਆਰ, ਅੰਗੀਠੀ ਵੀ ਤਿਆਰ, ਟਰਾਈਪੋਡ ਲਾਈਟ, ਤੇ ਇੱਧਰ ਦਾ ਕੁਛ ਮਾਹੌਲ ਇਸ ਤਰ੍ਹਾਂ ਦਾ। ਠੀਕ ਹੈ ਜੀ, ਭੁੱਖੜ ਬੈਠਾ ਹੋਇਆ, ਕਿੱਥੇ ਗਿਆ ਭੁੱਖੜ ਆ ਗਿਆ, ਆ ਦੇਖੋ ਜੀ ਭੁੱਖੜ ਆ ਗਿਆ, ਤੁਹਾਨੂੰ ਦਿਖਾਨੇ ਆ ਹੁਣ ਜਿਹੜਾ ਆਪਣਾ ਪਾਣੀ ਵਾਲਾ ਸਿਸਟਮ ਸੀ ਉਹ ਆਪਾਂ ਰੱਖਿਆ ਇੱਧਰ, ਤੇ ਉਹ ਗਏ ਨੇ ਨੀਚੇ ਸੋਪ ਵਗੈਰਾ ਭਾਂਡੇ ਮਾਂਜ ਲਈ ਲੈਣ। ਆ ਜਾ ਫਟਾਫਟ ਆਇਆ ਨੀਚੇ ਉੱਪਰ, ਇੱਧਰ ਜਿਹੜਾ ਵਾਸ਼ਿੰਗ ਦਾ ਕੰਮ ਹੋਊਗਾ ਸਾਰਾ ਸਾਹਿਬ ਆਪਣਾ ਇੱਥੇ ਹੋਊਗਾ। ਮੱਲਾ ਸਾਰਾ ਹੀ ਸੁੱਤਾ ਪਿਆ, ਆਪਾਂ ਕੀ ਕਰਦੇ ਫਿਰੀ ਜਾਂਦੇ ਹੋ ਕੈਂਪਿੰਗ, ਲੋਕਾਂ ਨੂੰ ਦਿਖਾ ਦੋ ਗਲੀਆਂ ਪੂਰਾ ਇਲਾਕਾ ਵੀ ਹਨੇਰਾ ਹੋਇਆ ਹੋਇਆ, ਨਾ ਕਿ ਕਮਰੇ ਚ ਕਰ ਰਹੇ ਆ। ਹਾਂ ਆਹ ਪੂਰਾ ਆਲੇ ਦੁਆਲੇ ਛੱਤ ਤੇ ਬੈਠੇ ਆ ਬਾਈ, ਤੇ ਆਹ ਦੇਖੋ ਦੂਰੋਂ ਕੈਂਪ ਕਿੰਨਾ ਵਧੀਆ ਲੱਗ ਰਿਹਾ, ਰਜਾਈਆਂ ਰਜਾਈਆਂ ਲੋਕਾਂ ਦੀਆਂ ਨਜ਼ਰਾਂ ਚ, ਮੈਂ ਅੰਗੀਠੀ ਗਾਈਜ਼ ਆ ਚੁੱਕੀ ਸੀ, ਤੇ ਹੁਣ ਚਲੋ ਆਪਾਂ ਕਰਦੇ ਆ ਸ਼ੁਭ ਆਰੰਭ ਕੁਕਿੰਗ ਦਾ। ਤੇ ਇੱਧਰ ਥੋੜਾ ਜਿਹਾ ਤੁਹਾਨੂੰ ਹੋਰ ਦਿਖਾ ਦਈਏ, ਇੱਧਰ ਪੜਦਾ ਜਿਹਾ ਰੱਖਿਆ ਸੀ ਏਡਾ ਵੱਲਾ, ਤੇ ਇਹਨੂੰ ਫੁੱਲ ਕਰਾਂਗੇ ਆਪਾਂ ਮੂਹਰੋਂ ਕਵਰ ਕਰਨ ਲਈ, ਤੇ ਜਦ ਲੈਪਟੋਪ ਵਗੈਰਾ ਉੱਪਰ ਆਊ ਮੂਵੀ ਵਗੈਰਾ ਦੇਖਣ ਦਾ ਸਿਸਟਮ ਕਰਾਂਗੇ। ਲਾਈਟ ਪੂਰੀ ਆ, ਰੁਦਰ ਜੀ ਨੀਂਦ ਤੋਂ ਨੀ ਆ ਰਹੀ ਨਹੀਂ ਤੋ। ਸੋ ਲੋ ਗਾਈਸ ਹੁਣ ਆਪਾਂ ਫਟਾਫਟ ਯਾਰ ਲੱਕੜਾਂ ਚਿਣ ਦਈਏ ਕੁਕਿੰਗ ਲਈ, ਲੇਟ ਨਾ ਹੋ ਜਾਈਏ। ਉਸ ਵੀ ਥੋੜੀ ਥੋੜੀ ਪੈਣੀ ਸ਼ੁਰੂ ਹੋ ਚੁੱਕੀ ਆ, ਉਹਦੇ ਤੋਂ ਪਹਿਲਾਂ ਬੰਬ ਦੇਖ ਲਓ ਚੱਲ ਰਹੇ ਨੇ। ਅਸੀਂ ਅੱਜ ਕੈਂਪਿੰਗ ਕਰਨ ਲੱਗਿਆ, ਦੇਖ ਲਾ ਪੂਰਾ ਟਾਊਨ ਖੁਸ਼ ਹੋ ਪਿਆ, ਪੂਰੀ ਟੌਰ ਆ, ਬੰਬ ਚੱਲ ਰਹੇ ਆ। ਲੈ ਥੋੜਾ ਮੇਰਾ ਇੱਧਰੋਂ, ਇੱਥੇ ਵੱਡਾ ਕਰਕੇ ਮਿਊਜ਼ਿਕ ਲਾ ਦੇਣਾ, ਨਹੀਂ 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 ਹਲੇ ਨਹੀਂ ਚੜੀ, ਹਲੇ ਤਾਂ ਦੇਖੀ ਬੁਝੂਗੀ ਇੱਕ ਵਾਰ ਹੋਰ। ਸੋ ਗਾਈਸ ਅੱਗ ਆਪਣੀ ਫਾਈਨਲੀ ਜਲ ਚੁੱਕੀ ਆ, ਜਿਹੜੀ ਕੈਂਪਿੰਗ ਦੀ ਬਹੁਤ ਹੀ ਜ਼ਰੂਰੀ ਚੀਜ਼ ਆ, ਮੱਛਰ ਵੀ ਦੂਰ ਰਹਿਣਗੇ, ਖਾਣਾ ਵੀ ਇਹਦੇ 'ਤੇ ਬਣੂਗਾ, ਅਤੇ ਭਾਂਡੇ ਆਪਣੇ ਆ ਚੁੱਕੇ ਨੇ। ਰੁਕੋ ਜ਼ਰਾ ਸਬਰ ਕਰੋ, ਜਿਹੜਾ ਵੀ ਬਾਕੀ ਹੈ ਅਬ ਇਹ ਕਹੋਗੇ ਔਰ ਕੀ ਲੋ ਡਨ। ਹੁਣ ਥੋੜੀ ਸਲੋ ਗਾਈਸ, ਹੁਣ ਆਪਾਂ ਬਣਾਉਣ ਲੱਗੇ ਹਾਂ ਮੈਗੀ, ਆ ਜਾਓ ਫਿਰ ਕਰਦੇ ਹਾਂ ਕੁਕਿੰਗ ਸਟਾਰਟ। ਹਾਏ ਹਾਏ ਰੁਦਰ ਡਰ ਗਿਆ, ਰੁਦਰ ਜੀ ਡਰ ਗਏ ਨੇ, ਸਭ ਕੁੰਬੀ 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 ਬੇਟਾ ਧੂਆਂ ਰਹਾ ਹੈ ਆਪਕੋ। ਆਪਾਂ ਬਣਾਉਣ ਲੱਗੇ ਸਭ ਤੋਂ ਪਹਿਲਾਂ ਮੈਗੀ, ਮੁੰਡੇ ਪਾਣੀ ਘੱਟ ਲੱਗ ਰਿਹਾ ਮੈਨੂੰ, ਤੁਸੀਂ ਕਹੀ ਆ ਨਾ ਬਹੁਤ ਆ, ਉਹ ਬਹੁਤ ਆ, We're gonna be
ਲੋ ਵੀ ਹੁਣ ਸੈੱਟ ਆ ਕੰਮ ਹੁਣ ਸੈੱਟ ਆ ਕੰਮ ਮੈਗੀ ਆਪਣੀ ਪੈ ਚੁੱਕੀ ਆ ਤੇ ਹੁਣ ਪਿਆਜ਼ ਤੇ ਟਮਾਟਰ ਜੋ ਕਿ ਅਸੀਂ ਪਹਿਲਾਂ ਹੀ ਚੋਪਿੰਗ ਕਰਕੇ ਰੱਖ ਲਏ ਬਸ ਕੁਛ ਸੈਲਡ ਲਈ ਇਹ ਦੇਸੀ ਤਰੀਕਾ ਜਸ਼ੂ ਜੀ ਚਲੋ ਯਾਰ ਫਟਾਫਟ ਆਪਾਂ ਕੁਕਿੰਗ ਵਗੈਰਾ ਕਰੀਏ ਵਲੌਗ ਯਾਰ ਜਿਆਦਾ ਲੰਬਾ ਨਾ ਹੋਵੇ ਇਸ ਕਰਕੇ ਪਾਰਟਸ ਦੇ ਵਿਚ ਲੈ ਕੇ ਆ ਰਿਹਾ ਇਹ ਨੀ ਪਤਾ ਇਹਦੇ ਵਿਚੋਂ ਵੀ ਤੀਸਰਾ ਪਾਰਟ ਬਣੇ ਕੀ ਹੋ ਗਿਆ ਤੈਨੂੰ ਚਲੋ ਫਿਰ ਮਿਲਦੇ ਆ ਮੈਗੀ ਖਾਣ ਦੇ ਟਾਈਮ ਸੋ ਗਾਈਜ਼ ਹੁਣ ਮੈਗੀ ਦੇਖਣ ਲੱਗੇ ਆਪਾਂ ਦੇਖਦੇ ਆ ਬਣ ਗਈ ਆ ਕਿ ਨਹੀਂ ਹੋ ਰਹੇ ਨਾ ਓਵਰ ਕੁੱਕ ਹੋ ਜੇ ਬਸ ਹੋ ਚੁੱਕੀ ਆ ਹੋ ਚੁੱਕੀ ਆ ਹੋ ਚੁੱਕੀ ਆ ਹੋ ਗਈ ਕੋਈ ਉਤਾਰੋ 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 ਓਵਰ ਕੁੱਕ ਹੋ ਜੂ ਜਲ ਗਿਆ ਤਾਂ ਮੈਗੀ ਗਈ ਸਾਰਿਆਂ ਨੂੰ ਸਰਵ ਹੋ ਚੁੱਕਿਆ ਤੇ ਉਧਰ ਆਪਣੀ ਉਧਰ ਅਲੱਗ ਖਾ ਰਿਹਾ ਕਹਿੰਦਾ ਮੈਂ ਐਨ ਲੈਟ ਦੇ ਸਾਹਮਣੇ ਬਹਿ ਖਾਣੀ ਆ ਇਧਰ ਯਸ਼ੂ ਨੇ ਵੀ ਫਿਨਿਸ਼ ਕਰਤੀ ਮੇਰੀ ਰਹਿ ਗਈ ਗਰੀਬ ਦੀ ਇਹ ਚ ਪਾਉਣੇ ਆ ਬਸ ਚਿਲੀ ਫਲੈਕਸ ਆ ਚਿਲੀ ਫਲੈਕਸ ਲੈ ਕੇ ਆਏ ਸੀ ਅਸੀਂ ਜਿਹੜੀ ਪੀਜ਼ੇ ਦੇ ਉੱਪਰ ਟੋਪਿਕਸ ਪੈਂਦੀ ਆ ਦਹੀਂ ਆ ਨਾਰ ਥੋੜਾ ਸੈਲਡ ਆ ਪੀਜ਼ੇ ਵਾਂਗ ਚਲੋ ਕਰਦੇ ਆ ਫਟਾਫਟ ਟੇਸਟ ਸੋ ਹਾਂਜੀ ਗਾਈਜ਼ ਹੁਣ ਟੇਸਟ ਕਰਨ ਲੱਗੇ ਆ ਗਰਮਾ ਗਰਮ ਮੈਗੀ ਵਿਦ ਚਿਲੀ ਫਲੈਕਸ ਐਂਡ ਦਹੀਂ ਇਹਨਾਂ ਨੇ ਮੁਕਾ ਵੀ ਦਿੱਤੀ ਮੈਂ ਸਟਾਰਟ ਕਰਨ ਲੱਗੀ ਨਾਲ ਦਹੀਂ ਨਾਲ ਥੋੜਾ ਪਿਆਜ਼ ਸੱਚੀ ਸੱਚੀ ਦੱਸਿਓ ਕਾਇਦ ਹੁਣ ਤੱਕ ਜਿੰਨੀ ਵੀ ਵਾਰ ਮੈਗੀ ਬਣਾਈ ਚੁੱਲ੍ਹੇ ਤੇ ਤਾਂ ਬੈਸਟ ਹੀ ਬਣਦੀ ਯਾਰ ਹੁਣ ਤੱਕ ਜਿੰਨਾ ਕੁ ਮੇਰਾ ਐਕਸਪੀਰੀਅੰਸ ਆ ਤੁਸੀਂ ਦੱਸੋ ਤੁਹਾਨੂੰ ਕਿਵੇਂ ਲੱਗੀ ਜਸ਼ੂ ਜੀ ਬਹੁਤ ਕਿਵੇਂ ਲੱਗੀ ਇਹਨਾਂ ਨੇ ਪਹਿਲੀ ਵਾਰ ਖਾਈ ਹੋਣੀ ਸਾਡੇ ਕੋਲ ਵੈਸੇ ਉਹ ਵੀ ਚੁੱਲ੍ਹੇ ਦੀ ਕੈਂਡ ਸੀ ਨਾ ਆਦੇ ਵਿੱਚ ਪਲੇਟਾਂ ਵੀ ਚੱਟੀ ਜਾ ਰਿਹਾ ਸੋ ਹਾਂਜੀ ਗਾਈਜ਼ ਇਹ ਸੀ ਆਪਣਾ ਛੋਟਾ ਜਿਹਾ ਵਲੌਗ ਤੇ ਇਹਨੂੰ ਆਪਾਂ ਪਾਰਟਸ ਦੇ ਵਿੱਚ ਇਸ ਕਰਕੇ ਰੱਖ ਰਹੇ ਹਾਂ ਤਾਂ ਕਿ ਤੁਸੀਂ ਵੀ ਬੋਰ ਨਾ ਹੋਵੋ ਤੇ ਸਾਡੇ ਜਿਹੜੇ ਨਵੇਂ ਨਵੇਂ ਆਈਡੀਆਜ਼ ਨੇ ਜਿਹੜੇ ਅਸੀਂ ਨਵੇਂ ਨਵੇਂ ਟਰਾਈ ਕਰ ਰਹੇ ਹਾਂ ਆਪਣੀ ਕੈਂਪਿੰਗ ਦੇ ਵਿੱਚ ਉਹ ਵੀ ਤੁਹਾਡੇ ਤੱਕ ਪਹੁੰਚਦੇ ਰਹਿਣ ਤੇ ਤੁਸੀਂ ਬੋਰ ਨਾ ਹੋ ਮੇਨਲੀ ਇਸ ਕਰਕੇ ਇਹਨੂੰ ਪਾਰਟਸ ਦੇ ਵਿੱਚ ਲੈ ਕੇ ਆ ਰਹੇ ਹਾਂ ਆਪਾਂ ਤੇ ਹੁਣ ਪਾਰਟ 3 ਆਊਗਾ ਜਿਹਦੀ ਵੇਟ ਤੁਹਾਨੂੰ ਕਰਨੀ ਪੈਣੀ ਆ ਤੇ ਅਸੀਂ ਕੀ ਟਰਾਈ ਕਰਦੇ ਹਾਂ ਕੀ ਨਹੀਂ ਸਪੈਸ਼ਲ ਆ ਕੁਛ ਉਹ ਯਸ਼ੂ ਤਿਆਰ ਕਰੂਗਾ ਯਸ਼ੂ ਕਹਿੰਦਾ ਮੈਂ ਤਿਆਰ ਕਰੂੰਗਾ ਬਾਕੀ ਬਣੇ ਰਹੋ ਵਲੌਗਾਂ ਦੇ ਵਿੱਚ ਤੇ ਕੈਂਪਿੰਗ ਸੀਰੀਜ਼ ਦੇ ਨਾਲ ਅਗਲੇ ਵਲੌਗ ਲਈ ਵੇਟ ਕਰਿਓ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ ਥੈਂਕ ਯੂ ਸੋ ਮੱਚ ਵਾਚਿੰਗ ਬਾਏ